ਇਹਨਾਂ ਨੇ ਫੀਸਾਂ ਵਧਾ ਦਿੱਤੀਆਂ, ਤਨਖਾਹਾਂ ਦਿੱਤੀਆਂ ਕੋਈ ਨਹੀਂ, ਟੀਚਰ ਭੁੱਖੇ ਮਰਦੇ ਪਏ ਨੇ। ਪੈਸਾ ਕਿੱਥੇ ਗਿਆ? ਕਿਉਂਕਿ ਪੈਸਾ ਤੇ ਚਲਾ ਗਿਆ, ਬਾਦਲਾਂ ਕੋਲ ਚਲਾ ਗਿਆ ਪੈਸਾ। ਇੱਕ ਤਾਂ ਚੋਰੀ, ਦੂਸਰਾ ਸੀਨਾ ਚੋਰੀ, ਇੱਕ ਬੇਈਮਾਨ, ਦੂਸਰਾ ਲੁਟੇਰੇ, ਤੀਸਰਾ ਨਾਹਾਏ, ਅਤੇ ਚੌਥਾ ਝੂਠ ਕੁਫਰ ਦੇ ਗੋਬਲ ਨੂੰ ਮਾਤ ਪਾਰਨ ਵਾਲਿਆ। ਨਮਸਕਾਰ, ਆਪ ਦੇਖ ਰਹੇ ਹੋ ਵੋਇਸ ਆਫ ਇੰਡੀਆ, ਮੈਂ ਵਿਪਿਨ ਮਹਾਜਨ। ਸਭੀ ਦਰਸ਼ਕੋਂ ਕੋ ਨਏ ਸਾਲ ਕੀ ਸ਼ੁਭਕਾਮਨਾਏ। ਆਜ ਹਮ ਬਾਤ ਕਰੇਂਗੇ ਦਿੱਲੀ ਗੁਰਦੁਆਰਾ ਕਮੇਟੀ ਕੇ ਪੂਰਵ ਪ੍ਰਧਾਨ ਔਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਕੇ ਮਹਾਂਸਚਿਵ ਹਰਵਿੰਦਰ ਸਿੰਘ ਸਰਨਾ ਸੇ, ਔਰ ਬਾਤ ਕਰੇਂਗੇ ਕਿ ਪਿਛਲੇ 7 ਸਾਲ ਮੇਂ ਗੁਰਦੁਆਰਾ ਕਮੇਟੀ ਨੇ ਜੋ ਕਾਰਯ ਕੀਏ ਹੈ, ਜੋ ਵਿਕਾਸ ਕੀਏ ਹੈ, ਉਸਸੇ ਕਿਤਨੇ ਸੰਤੁਸ਼ਟ ਹੈ ਜਾਂ ਅਸੰਤੁਸ਼ਟ ਹੈ। ਆਈਏ ਬਾਤ ਕਰਤੇ ਹੈ ਹਰਵਿੰਦਰ ਸਿੰਘ ਸਰਨਾ ਸੇ। ਸਰਨਾ ਸਾਹਿਬ, ਨਵੇਂ ਸਾਲ ਦੀ ਬਹੁਤ ਬਹੁਤ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਸਾ ਸੰਗਤ ਨੂੰ ਮੈਂ ਨਵੇਂ ਸਾਲ ਦੀ ਵੀ ਵਧਾਈ ਦਿੰਦਾ, ਔਰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਦਿਹਾੜ ਦੀ ਵੀ ਬਹੁਤ ਬਹੁਤ ਮੁਬਾਰਕਬਾਦ ਦਿੰਦਾ। ਸਨਾ ਸਾਹਿਬ, 7 ਸਾਲ ਹੋ ਗਏ ਨੇ ਦਿੱਲੀ ਕਮੇਟੀ ਨੂੰ, ਗੁਰਦੁਆਰਾ ਕਮੇਟੀ ਨੂੰ। ਕਿੰਨਾ ਬਦਲਾਓ ਦੇਖਦੇ ਹੋ, ਕਿੰਨੇ ਕੰਮ ਹੋਏ ਨੇ, ਕਿੰਨੇ ਸੰਤੁਸ਼ਟ ਹੋ ਉਹਨਾਂ ਦੇ ਕੰਮਾਂ ਤੋਂ ਤੁਸੀਂ? ਅੱਜ ਨਵੇਂ ਸਾਲ ਦਾ ਪਹਿਲਾ ਦਿਨ ਹੈ, ਅਤੇ ਪਹਿਲੇ ਦਿਨ ਬਹੁਤ ਮਹੱਤਵ ਰੱਖਦਾ। ਕਿੰਨਾ ਲੱਗਦਾ ਤੁਹਾਨੂੰ ਕਿ ਕਿੰਨਾ ਸਹੀ ਕੰਮ ਹੋ ਚੁੱਕਾ ਔਰ ਕਿੰਨਾ ਹੋਣ ਵਾਲਾ ਹੈ, ਇਹਦੇ ਬਾਰੇ ਕੁਝ ਸਾਨੂੰ ਪ੍ਰਕਾਸ਼ ਪਾਓਗੇ? 7 ਸਾਲ ਦੇ ਵਿੱਚ ਤੁਸੀਂ ਇਹਨਾਂ ਦੇ ਲੇਖੇ ਜੋਖੇ ਕਰੋ ਜਰਾ, ਔਰ ਮੈਂ ਤੁਹਾਨੂੰ ਕਹਾਂਗਾ ਵੀ ਇਹਨਾਂ ਕੋਲ ਸਵਾਲ ਜਾ ਕੇ ਪੁੱਛੋ ਵੀ ਤੁਸੀਂ ਝੂਠ ਕੁਫਰ ਬੇਈਮਾਨੀ ਠੱਗੀ ਕਰਕੇ 40 ਵੋਟਾਂ ਬਣਾ ਕੇ ਪੰਜਾਬ ਸਰਕਾਰ ਦੀ ਮਦਦ ਨਾਲ, PTC ਚੈਨਲ ਦੇ ਝੂਠ ਨਾਲ ਤੁਸੀਂ ਗੁਰਦੁਆਰਾ ਕਮੇਟੀ 'ਤੇ ਕਬਜ਼ਾ ਕੀਤਾ, ਨਾਲ ਵਾਅਦਾ ਕੀਤਾ ਮੈਨੀਫੈਸਟੋ ਦੇ ਵਿੱਚ ਤੁਸੀਂ 5 ਸਕੂਲ ਬਣਾਓ ਗਏ, 4 ਕਾਲਜ ਬਣਾਓ ਗਏ। ਮੈਂ ਹੁਣ ਤੁਹਾਨੂੰ ਸਿਰਫ ਸਟੇਜ ਵਾਈਜ਼ ਤੁਹਾਡੇ ਕੋਲ ਗੱਲ ਪੁੱਛਣੀ ਚਾਹਾਂਗਾ। ਸਕੂਲ ਕੋਈ ਨਵਾਂ ਬਣਿਆ? ਨਹੀਂ ਬਣਿਆ। ਕਾਲਜ ਕੋਈ ਨਵਾਂ ਬਣਿਆ? ਨਹੀਂ ਬਣਿਆ। ਜਿਹੜੇ ਕਾਲਜ ਚੰਗੇ ਚੱਲ ਰਹੇ ਸਨ ਉਹ ਬੰਦ ਹੋ ਗਏ। ਸਾਡਾ ਜਿਹੜਾ ਸਰਵਿਸਿਜ਼ ਇੰਸਟੀਚਿਊਟ ਸੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ 'ਤੇ, ਉਹ ਇਹਨਾਂ ਨੇ ਬੰਦ ਕਰਤਾ, ਜਿਹੜਾ ਕਿ ਇੱਕ ਕੌਮ ਦੇ ਵਾਸਤੇ ਇੱਕ ਨਾਯਾਬ ਚੀਜ਼ ਸੀ ਵੀ ਸਾਡੇ ਬੱਚੇ ਸਰਵਿਸਿਜ਼ ਵਾਸਤੇ ਤਿਆਰ ਹੋਣ, IAS ਬਣਨ, IFS ਬਣਨ, IPS ਬਣਨ, ਆਰਮੀ ਦੇ ਵਿੱਚ ਜਾਣ, ਆਰਮੀ ਦੇ ਜਿਹੜੇ ਰਿਟਾਇਰਡ ਜਰਨੈਲ ਉਹਨਾਂ ਨੂੰ ਵਿੱਚ ਪਾਇਆ, ਸਰ KC ਸਿੰਘ ਜਿਹੜੇ ਰਿਟਾਇਰਡ ਸੈਕਟਰੀ ਨੂੰ ਫੋਰਨ ਮਿਨਿਸਟਰੀ ਦੇ ਵਿੱਚ ਉਹਨਾਂ ਨੂੰ ਇਹਨਾਂ ਦੀ ਕਮਾਂਡ ਦਿੱਤੀ, ਸਰ ਤੁਲਸੀ ਸਾਹਿਬ ਨੂੰ ਦਿੱਤੀ ਵੀ ਇਹ ਤੁਸੀਂ ਕਾਲਜ ਚੰਗੇ ਤਰੀਕੇ ਨਾਲ ਚਲਾਓ। ਸਾਡਾ ਉਹਦੇ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ ਸੀ। ਇਹਨਾਂ ਦੇ ਆਉਂਦੇ ਹੀ ਉਹ ਕਾਲਜ ਬੰਦ ਕਰਤਾ। ਉਹਦੇ ਵਿੱਚ ਅਸੀਂ ਬੱਚਿਆਂ ਨੂੰ ਆਪਣੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਬੱਚਿਆਂ ਨੂੰ ਮੁਫਤ ਪੜ੍ਹਾਈ ਦੇਣੀ ਸ਼ੁਰੂ ਕੀਤੀ ਸੀ, ਉਹ ਕਾਲਜ ਬੰਦ ਕਰਕੇ ਪੜ੍ਹਾਈ ਬੰਦ ਕਰਤੀ। ਹਾਇਰ ਐਜੂਕੇਸ਼ਨ ਦੇ ਇੰਸਟੀਚਿਊਟ ਸਨ ਉਹ ਬੰਦ ਕਰਤੇ, ਇੱਕ ਅੱਧ ਉਹ ਚਲਦੇ ਪਏ, ਪਤਾ ਨਹੀਂ ਕਦ ਉਹਨਾਂ ਦੀ ਧੜਕਣ ਬੰਦ ਹੋਏਗੀ, ਇਹਦਾ ਸਾਨੂੰ ਨਹੀਂ ਪਤਾ। ਦਿੱਤਾ ਕੀ ਇਹਨਾਂ ਨੇ ਦਿੱਲੀ ਗੁਰਦੁਆਰਾ ਕਮੇਟੀ ਨੂੰ? ਐਜੂਕੇਸ਼ਨ ਖਤਮ ਕਰਤੀ। ਇਹ ਐਡੇ ਬੇਈਮਾਨ ਅਤੇ ਛਾਤਰ ਹੈਗੇ ਵੀ ਇਹ ਖਾਸ ਤੌਰ 'ਤੇ ਹਰਮੀਤ ਸਿੰਘ ਨੇ ਐਸੀ ਚਾਲ ਚੱਲੀ ਬਈ ਸਾਰੇ ਸਕੂਲਾਂ ਦੇ ਜਿਹੜੇ ਅਲੱਹਦਾ ਅਕਾਊਂਟ ਸਨ ਉਹਨਾਂ ਨੂੰ ਐਮਲਗਮੇਟ ਕਰਤਾ, ਇਕੱਠਾ ਕਰਕੇ ਉਹ ਸਾਰਾ ਅਕਾਊਂਟ ਰਗੜ ਗਏ ਸਾਰੇ ਦਾ ਸਾਰਾ ਹੀ। ਅੱਜ ਹਾਲਤ ਕੀ ਹੈਗੀ, ਇੱਕ ਇੱਕ ਸਕੂਲ ਦੀ ਹਾਲਤ ਜਿਹੜੀ ਹੈ, ਅੱਗੇ ਤਾਂ ਇੱਕ ਅੱਧ ਸਕੂਲ ਦੀ ਹਾਲਤ ਖਰਾਬ ਹੁੰਦੀ ਸੀ, ਬਾਕੀ ਸਾਰੇ ਸਕੂਲ ਅੱਛੇ ਸਨ। ਹੁਣ ਤਾਂ ਇੱਕ ਦੀ ਵੀ ਹਾਲਤ ਚੰਗੀ ਨਹੀਂ ਹੈਗੀ। ਬਸੰਤ ਵਿਹਾਰ ਅਤੇ ਇੰਡੀਆ ਗੇਟ ਸਕੂਲ ਦੀ ਵੀ ਹਾਲਤ ਚੰਗੀ ਨਹੀਂ, ਜਿਹੜੇ ਸਾਡੇ ਟੌਪ ਦੇ ਸਕੂਲ ਸਨ। ਇਹਨਾਂ ਨੇ ਐਸਾ ਦੁਸ਼ਕਰਮ ਕੀਤਾ, ਐਸਾ ਅਨਰਥ ਕੀਤਾ ਦਿੱਲੀ ਦੇ ਸਿੱਖਾਂ ਨਾਲ। ਸ਼ਾਇਦ ਮੈਂ ਸਮਝਦਾ ਵੀ ਇਹਨਾਂ ਨੂੰ ਇਹੋ ਜਿਹੇ ਹਾਲਾਤ ਹੈਗੇ ਵੀ ਦਿੱਲੀ ਦੇ ਸਿੱਖਾਂ ਨੇ ਇਹਨਾਂ ਨੂੰ ਫਤਿਹ ਵੀ ਨਹੀਂ ਬੁਲਾਉਣੀ ਚਾਹੀਦੀ। ਤੁਸੀਂ ਅੱਜ ਬੜੀ ਵੱਡੀ ਗੱਲ ਕਹਿ ਰਹੇ ਹੋ ਕਿ ਜਿੰਨੇ ਵੀ ਅਧਿਆਰੇ ਸੀ, ਚਾਹੇ ਸਕੂਲ ਸੀ ਕਾਲਜ ਸੀ, ਉਹ ਸਾਰੇ ਬੇਕਾਰ ਕਰ ਦਿੰਦੇ। ਕੀ ਲੱਗਦਾ ਕਿੱਥੇ ਕਮੀਆਂ ਰਹਿ ਗਈਆਂ, ਕਿਸ ਤਰ੍ਹਾਂ ਖਰਾਬ ਹੋ ਗਏ? ਆਫਟਰਆਲ ਬੱਚੇ ਵੀ ਹੈਗੇ ਨੇ ਸਕੂਲਾਂ ਦੇ ਅੰਦਰ, ਕਾਲਜਾਂ 'ਚ ਵੀ ਬੱਚੇ ਹੈਗੇ ਨੇ। ਪੈਸਾ ਕਿੱਥੇ ਜਾ ਰਿਹਾ? ਕਿਆ ਮੁਫਤ ਮਿਲ ਰਹੀ ਹੈ, ਜਾਂ ਜੋ ਵਾਅਦਾ ਕੀਤਾ ਸੀ ਕਿ ਅਸੀਂ ਸਸਤੀ ਪੜ੍ਹਾਈ ਦਾਂਗੇ ਉਹ ਸ਼ਿਕਸ਼ਾ ਸਸਤੀ ਕੀਤੀ ਹੈ ਤਾਂ ਕਰਕੇ ਐਸਾ ਹੋਇਆ?
सस्ती कोई नहीं हुई जी, फीसा इन्होंने वधा दित्तियां ने। जिहड़ी फीस असी एक गरीब स्कूल की 250-300 रुपया रखी सी, वह फीस इन्होंने 1,000-1,200 कर दी है। मगर मैनीफेस्टो अभी कट करांगे, इन्होंने कहा सी कट करांगे, फीसा कट करांगे। इन्होंने फीसा वधा दित्तियां, तनखावां दित्तियां कोई नहीं, टीचर भुखे मरते पेन, वह रोंदे कुरलांदे पेन। एक किसी नूं हुण असी जी बाहर कढांगे। अजकल तुहानूं पता कानून इतने सख्त है गए, इतने वड्डी तादाद के उपर ये जब बाहर भी कढ़णगे, इन्हां कोल पैसे कोई नहीं उन्होंने देण जोगे, वेला किवें करनगे, वेला पैसा कित्थे गया? क्योंकि पैसा तो चला गया, बादलों को चला गया पैसा। नहीं पैसा आफ्टरऑल संगत उस तरह ही आ रही, गुरुद्वारे वध रही है, घट नहीं रही हैं जी। ताई जिहड़ा हैगा गुरुद्वारा चलता पिया, भी अज भी संगत गुरु के प्रति देणदार हैगी, गुरु की श्रद्धा पूरी हैगी, वो जेबे खाली कर देंदे गुरु अगे मत्था टेकन वक्त, ये ताई तो चल रहा है। जे ये संगत ना हुण मत्था टेकदी हुंदी, ये तो कलैप्स कर जाना सी, कलैप्स हुण भी कर गया, पर फिर तो लोगों लंगर भी नहीं सी मिलना खाण नूं, प्रसाद भी नहीं सी मिलना। ये तो बड़ी बुरी हालत कर गए ने। गुरुद्वारा इस वक्त एक इस करके चल रहा है भी संगत बड़ा पैसा पा रही है, और करंट जिहड़ा हैगा गोलक दे विच पैसा बहुत आ रहा है, उस करके जरा तरीक रहे ने काम नूं, वरना तो कलैप्स कर गया सी सारा सिस्टम। की लगता है कि जिस तरह के दायर चल रहे ने, जिस तरह सारे काम तुसीं दस रहे हो कि बड़े घोटाले हो रहे हैं, मगर कमेटी कह रही असीं बड़ा अचीवमेंट की है, असीं तो बहुत काम किए ने, असी अगे भी कर रहे हैं, असी गुरुद्वारों को सुधार दिता, स्कूल सुधारते ने, पढ़ाई बड़ी अच्छी हो गई है। मैं एक गल कहनी चाहना बई, एक तो चोरी, दूसरा सीना जोरी, एक बेईमान, दूसरा लुटेरे, तीसरा नाहल, तो चौथा झूठ कुफर दे गोबल्स नूं मात पारन वाला, बर्बाद करके रखते सारा कुछ, सारा सिस्टम अज चरमरा गया। एडमिनिस्ट्रेशन नहीं हैगी कोई भी, जितों तक प्रधान की गल है, ये मोवालिया तो भी थले लैंग्एज हैगी। जिस वक्त प्राइवेट कमरे च बैठता है, मोवाली भी यह गल नहीं कटते जो जी मैनेजर गल कटदा टैलीफोना उपर या होर किसी उपर। जबान दरासी जी बहुत माड़ी हैगी। बादलों ने सोल रिस्पांसीबल है गुरुद्वारा कमेटी नूं बर्बाद करने वाले, उन्होंने बराबर जड़े है गए अपना 56-50 कस के रखे, उन्होंने पैसे चाहिए, उन्होंने इलैक्शन के पैसे चाहिए। मैं तो गल कई बार कही है, 1996 साढ़े को भी बादल ने 56 कसे, जब सर परमजीत सिंह प्रधान सी तो इलैक्शन आई सन पंजाब दियाँ, असी स्पष्ट बादल साहब नूं कहता सी, बादल साहब असी गुरुद्वारे चो एक नवा पैसा नहीं देंगे, अपने पल्यों दोस्तों मित्रों को जिहड़ी उगराई करोगे करके तुहानूं दे देंगे, पर तुसी को गुरुद्वारियां चो लंगर दे पैसे दे वो नहीं करांगे। बिल्कुल हुण तो चलदा ही है, हुण तो सब कुछ ही चल रहा है, इन्हां ने पल्यों देना कोई नहीं, और सारा कुछ गुरुद्वारियों कढ के उत्थे ला देना। तुसी देखो ना, निशान सिंह बाण फड़िया गया, 2-2,000 दे नोट बनदिया संगरूर दे विच, कितने बठिंडे दे विच हरसिमरत कौर दी इलैक्शन दे विच फड़िया गया ना जी, कुट लहदा पई, मार लहदा पई, पग लहदा लत्थी। दिल्ली गुरुद्वारा कमेटी का सत्कार योग मैंबर होवे, सड़कां दे उपर पगां लथियां होण, केस खुले होण, तप्पड़ पैंदे पे होण, जेबे चो रुपये निकलण जिहड़े कि वंडण वास्ते देण, इस तों होर घटिया गल की हो सकती है? दिल्ली के सिखां की इज्जत इन्होंने पंजाब की गलिया के सड़कों के उपर रोल के रख दी है, कई बर्बाद करती है दिल्ली के सिखां की। मैं कहना दिल्ली के सिख जे हुण भी ना उठे, जे वह हुण भी ना संभले, तां फिर रब राखा फिर सानू बचाण वाला कोई नहीं। सरना साहब, पिछली तुसी मेरे नाल जदों गलबात कीती सी, तुसी कहा सी ऑडिट वास्ते गल कीती सी, तुसी चार नाम दसे नहीं सी मैनू, मगर मैं पता लगाए सी, अज मैं भी नाम नहीं दसांगा, मैं चारों नाल गल कीती है। एक कहिंदा है कि मैं कमेटी च है ही नहीं, मैं पहले ही छड्डदी सी। दूजा कहिंदा है कि मैं हिंदुस्तान तो बाहर हाँ, मैं देखा नहीं हुई है कि नहीं हुई। तीसरा कहिंदा ऑडिट तो हो गई है, जल्दी उन्होंने देती असी करके, हुण वो पेश करनी आना करना सानू नहीं पता। क्या लगता कि ऑडिट हुई सी नहीं हुई सी, कमेटी ने इस बारे कुछ दस नहीं रही, तुहाडा की कहना इस बारे च? देखो गल ये है कि जिहड़े बंदे कह रहे ना मैं है नहीं सी, मैं हिंदुस्तान तो बाहर, उन्होंने कहो हिंदुस्तान तू सदा वास्ते छड्ड गया कि वापस भी आना ही,
वापस आना से ना सारा पर वापस आवांगा, मगर मैं ऑलरेडी इंटरेस्ट नहीं लेता कोई इंटरेस्ट को जी। उस वक्त बावा उचियां कर करके क्योंकि ऐसी मैं ऑडिट करा देंगा, वो इस करके इंटरेस्ट खत्म हो गया है। ये लोग है गए इज्जतदार आदमी, ये किसी पछड़े च पैण वाले बंदे नहीं है गए। गुरु महाराज की इन्हों उपर धन दौलत की बड़ी बारिश की हुई है, ये क्यों इन्हों मुजावर पिछे अपना टाइम बर्बाद करे जी। ये लोगों तो मिन्नत करके लियाना पैंदा है भी आओ जी आके तुसी गुरुद्वारा कमेटी दे च कम देखो, ये क्यों पैणगे जी? ये बिल्कुल नहीं पैणगे, अपना काम भी छड्डन, टाइम ही देन, अपने कमाई नूं भी खत्म करन, ते इन्हां मजावरां बेईमाना डाकुआं पिछे अपना टाइम बर्बाद कर देन। फिर इन्हां दा नतीजा कोई नहीं निकलना, इन्हां ने ऑडिटिंग मननी कोई नहीं, ये बड़े बेईमान हन, ये कित्थों ऑडिटिंग कराउण वाले ने? ऑडिट तो कहिंदे ने हो गया। ਉਹ ਮਹਾਰਾਜ ਕਾਹਦਾ ਹੋ ਗਿਆ, ਕਿਸ ਚੀਜ਼ ਦਾ ਹੋ ਗਿਆ ਪਤਾ ਹੀ ਨਹੀਂ, ਕੀ ਚੀਜ਼ ਆਡਿਟ ਕੀਤੀ ਹੈਗੀ ਸਾਨੂੰ ਦੱਸਣ ਨਾ, ਕੀ ਆਡਿਟ ਕੀਤੀ ਹੈਗੀ? ਪਾਰਟੀ ਲਗਾ ਦਿਓ ਇੱਕ ਵਾਰੀ ਹੈਗੀ, ਹਾਂ ਜੀ ਇਹ ਮਾਲ ਆਇਆ ਜੀ, ਇਹਦੀ ਪੇਮੈਂਟ ਹੋ ਗਈ ਹੈ ਜੀ। ਹੁਣ ਇਹ ਨਹੀਂ ਪਤਾ ਵੀ ਜਿਹੜਾ ਮਾਲ ਆਇਆ ਉਹਦੀ ਲੋੜ ਵੀ ਆਈ ਸੀ ਕਿ ਨਹੀਂ ਸੀ, ਉਹ ਕਿੰਨੇ ਦਾ ਮਾਲ ਹੈਗਾ ਅਤੇ ਕਿੰਨੇ ਦਾ ਮਾਲ ਨਹੀਂ ਸੀ, ਦੋ ਦੀ ਚੀਜ਼ ਦੱਸਦੀ ਸੀ, 100 ਦੀ ਕਿੰਨੇ ਦਾ ਬਿੱਲ ਬਣਿਆ, ਉਹਦੀ ਦੁਕਾਨ ਵੀ ਹੈ ਕਿ ਨਹੀਂ ਹੈ, ਇਹ ਪਹਿਲੇ ਉਹ ਤਾਂ ਆਡਿਟ ਕਰਾਇਆ ਜਿਹੜਾ ਇਸਨੇ ਸਰਸੇ ਨੇ ਟੈਂਟ ਖਰੀਦੇ ਹੋਏ ਨੇ, ਉਹ ਰਾਈਜ਼ਿੰਗ ਬਾਲ ਦੇ ਬਿੱਲ ਇਹਨੇ ਰੇਜ਼ ਕੀਤੇ ਹੋਏ ਨੇ, ਇੱਕ ਇੱਕ ਫਰਮਾਂ ਦੇ ਬਈ ਦੋ ਦੋ ਬਿੱਲ ਬਣਾਏ ਹੋਏ ਨੇ ਇਸਨੇ, ਰਾਜਾ ਟੈਂਟ ਹਾਊਸ ਵੀ ਉਹ ਬਿੱਲ ਦੇ ਰਿਹਾ ਅਤੇ ਰਾਈਜ਼ਿੰਗ ਬਾਲ ਵੀ ਉਹ ਬਿੱਲ ਦੇ ਰਿਹਾ। ਫਿਰ ਪੁਲਿਸ ਵਿੱਚ ਰਿਪੋਰਟ ਕਰਾ ਰਿਹਾ ਵੀ ਮੇਰਾ ਤਾਂ ਸਾਈਨ ਹੀ ਕੋਈ ਨਹੀਂ ਹੈਗਾ, ਪੁਲਿਸ ਨਾਲ ਮਿਲੀ ਹੋਈ ਹੈ, ਕਹਿੰਦਾ ਅੱਛਾ ਜੀ ਅਸੀਂ ਤਸਦੀਕ ਕਰਾ ਲਈਏ ਵੀ ਨਹੀਂ, ਤਸਦੀਕ ਕਰਾ ਲਓ ਬਈ ਸਾਈਨ ਹੈ, ਪੇਮੈਂਟ ਹੋਈ ਹੋਈ ਹੈ, ਸਾਈਨ ਸਰਸੇ ਦੇ ਹੈ ਨ। ਇਹ ਕਹਿੰਦਾ ਜੀ ਸਾਡੇ ਤਾਂ ਸਾਈਨ ਹੀ ਕੋਈ ਨਹੀਂ, ਬਈ ਜੇ ਸਾਈਨ ਨਹੀਂ ਹੈਗੇ ਤਾਂ ਪੇਮੈਂਟ ਕਿਉਂ ਕੀਤੀ? ਇਹ ਮਹਾਰਾਜ ਆਡਿਟਿੰਗ ਹੋਈ ਕਿੱਥੇ ਹੈਗੀ ਸਾਨੂੰ ਦੱਸਣ ਨਾ, ਕੀ ਆਡਿਟਿੰਗ ਹੋਈ ਹੈਗੀ? ਕੋਈ ਆਡਿਟਿੰਗ ਵਗੈਰਾ ਕੁਝ ਵੀ ਨਹੀਂ ਹੋਇਆ, ਦਾਲੀ ਚਕਾਲਾ ਨੇ ਇਹ ਮੈਦਾਨ ਛੱਡ ਗਏ ਜਿੰਨੇ ਧਨਾੜ ਸਿੱਖ ਹੈਗੇ, ਦਾਲੀ ਚਕਾਲਾ ਕੁਛ ਫਿਰ ਦਾਲ ਸਾਰੀ ਦਾਲ ਹੀ ਕਾਲੀ ਹੈਗੀ, ਤੁਸੀਂ ਕਹਿੰਦੇ ਹੋ ਦਾਲ ਵਿੱਚ ਕਾਲਾ ਹੈਗਾ, ਇੱਥੇ ਹੈ ਕਾਲੀ ਦਾਲ, ਇਹਦੇ 'ਚ ਕੁਝ ਵੀ ਨਹੀਂ ਹੈਗਾ, ਇਹਦੇ 'ਚ ਕੜੁੱਕੂ ਹੈਗੇ, ਇਹਦੇ ਦਾਲ ਖਾਓਗੇ ਕਾਲੀ ਵੀ ਦਾਲ ਹੋਏਗੀ ਅਤੇ ਕੜੁੱਕੂ ਵੀ ਹੋਣਗੇ ਵਿਚਕਾਰ, ਦੰਦ ਟੁੱਟਣਗੇ ਖਾਣਿਆਂ। ਉਹ ਗੱਲ ਹੋ ਗਈ ਜਿਹੜੀ ਲੰਗਰ ਦੀ ਪਿੱਛੇ ਨਕਲੀ ਦਾਲ ਬਣ ਗਈ ਸੀ, ਹੁਣ ਦਾਲ ਕਾਲੀ ਅਤੇ ਕਾਲੀ ਹੋ ਗਈ ਜੀ, ਲੱਖ ਲਾਹਨਤ ਹੈਗੀ ਨਕਲੀ ਦਾਲ ਲੋਕਾਂ ਨੂੰ ਖਵਾਉਣੀ। ਇਹ ਇਸ ਇਹਨਾਂ ਦੇ ਪਾਪਾਂ ਦੀ ਫਰੇਖਤ ਲਿਸਟ ਜਿਹੜੀ ਹੈਗੀ ਬੜੀ ਲੰਬੀ ਹੋ ਚੁੱਕੀ ਹੈ। ਮੈਂ ਇੱਕ ਗੱਲ ਤਾਂ ਨਹੀਂ ਸਮਝ ਆਉਂਦੀ ਵੀ ਸੱਚੇ ਪਾਤਸ਼ਾਹ ਇਤਨਾ ਸਜ਼ਾ ਦੇਣੇ ਆ, ਇਤਨਾ ਟਾਈਮ ਕਿਉਂ ਲਾਉਂਦੇ ਆ? ਇਹਦਾ ਤਾਂ ਫੌਰਨ ਫੈਸਲਾ ਹੋਣਾ ਚਾਹੀਦਾ ਜਿਨ੍ਹਾਂ ਜਿਨ੍ਹਾਂ ਨੇ ਮਾਲ ਖਾਧਾ। ਗੁਰੂ ਤੇਗ ਬਹਾਦਰ ਸਾਹਿਬ ਇਹਨਾਂ ਨੂੰ ਅਪੰਗ ਕਰੇਗਾ, ਇਹ ਨਹੀਂ ਬਚ ਸਕਦਾ। ਮੇਰੀ ਗੱਲ ਅੱਜ ਦੀ ਤਰੀਕ 'ਤੇ ਨੋਟ ਕਰ ਲਓ, ਆਦਮੀ ਦਾ ਮਾਲ ਤਾਂ ਖਾਧਾ ਇਸਨੇ, ਇਹਨੂੰ ਪਚ ਗਿਆ ਹੋਣਾ, ਇਹਦੀਆਂ ਕੋਠੀਆਂ ਵੀ ਬਣ ਗਈਆਂ, 2,000-3,000 ਕਰੋੜ ਵੀ ਬਣ ਗਿਆ, 5,000 ਕਰੋੜ ਬਣ ਗਿਆ। ਗੁਰੂ ਤੇਗ ਬਹਾਦਰ ਸਾਹਿਬ ਦੀ ਗੋਲਕ ਦਾ ਮਾਲ ਖਾਧਾ, ਰੱਬ ਜਾਣੇ ਕਿੰਨੀਆਂ ਪੀੜ੍ਹੀਆਂ ਇਹਨਾਂ ਨੂੰ ਦੇਣੀਆਂ ਪੈਣਗੀਆਂ, ਦਿੱਤੇ ਬਗੈਰ ਇਹਨਾਂ ਦੀ ਜਾਨ ਨਹੀਂ ਛੁੱਟਣੀ। ਇਹ ਸੀ ਹਰਵਿੰਦਰ ਸਿੰਘ ਸੰਧਾ, ਜੋ 9ਵੇਂ ਸਾਲ ਦੇ ਵਿੱਚ ਵੀ ਕਹਿ ਰਹੇ ਨੇ ਕਿ ਜੋ ਘੁਟਾਲੇ ਅੱਜ ਦਿੱਲੀ ਕਮੇਟੀ 'ਚ ਹੋਏ ਨੇ, ਇਹਦਾ ਜਵਾਬ ਦਿੱਲੀ ਦੀ ਸੰਗਤ ਹੀ ਦੇ ਪਾਏਗੀ। ਅਗਰ ਹੁਣ ਵੀ ਨਹੀਂ ਦਿੱਤਾ ਤਾਂ ਫਿਰ ਇਸ ਕਮੇਟੀ ਨੂੰ ਔਰ ਇਸ ਕੌਮ ਨੂੰ ਬਚਾਉਣਾ ਬਹੁਤ ਮੁਸ਼ਕਿਲ ਹੋ ਜਾਏਗਾ। ਹੁਣ ਦੇਖਣਾ ਆਇਆ ਹੈ ਕਿ ਆਉਣ ਵਾਲੇ ਜਦੋਂ ਅਗਲੇ ਸਾਲ ਇਲੈਕਸ਼ਨ ਨੇ, ਕਿਆ ਦਿੱਲੀ ਦੀ ਸੰਗਤ ਮੌਜੂਦਾ ਕਮੇਟੀ ਨੂੰ ਚਾਂਸ ਦਿੰਦੀ ਹੈ ਜਾਂ ਨਹੀਂ, ਇਹ ਆਉਣ ਵਾਲਾ ਵਕਤ ਹੀ ਦੱਸੇਗਾ। ਅਗਲੀ ਵਾਰ ਫਿਰ ਮਿਲਾਂਗੇ 9ਵੇਂ ਹਿਸਾਬ ਨਾਲ। ਨਮਸਕਾਰ।